Dear students, my name is Kuljeet Kaur. I am lecturer biology in Government Girls Senior Secondary School, Kurani, District SS Nagar. Students, we are doing the fifth chapter, that is Principle of Inheritance and Variation. In the previous video, we discussed about the sex determination. Today, we will start the new topic, that is linkage and recombination. So, let's start. Hello, students. Let's continue chapter 5, that is Principles of Inheritance and Variation. Students, in my previous lecture, we discussed about sex determination, male heterogamy and female heterogamy. Today we are starting a new topic, that is linkage. Okay students, let's devise law of independent assortment. Student, aapa dekhya si jada Mendel da dihybrid cross siga. ਉਹਦੇ ਵਿੱਚ ਕੀ ਸੀਗਾ ਕਿ ਇਨਹੈਰੀਟੈਂਸ ਆਫ ਟੂ ਜੀਨਸ ਔਰ ਮੋਰ ਜੀਨਸ ਐਟ ਅ ਟਾਈਮ ਐਂਡ ਦੇ ਡਿਸਟ੍ਰੀਬਿਊਸ਼ਨ ਇਨ ਦ ਗੈਮੀਟਸ ਇਜ਼ ਇੰਡੀਪੈਂਡੈਂਟ ਆਫ ਈਚ ਅਦਰਸ ਠੀਕ ਹੈ ਜੋ ਜਿਹੜੇ ਜੀਨਸ ਨੇ ਉਹ ਇੰਡੀਪੈਂਡੈਂਟਲੀ ਅਸੋਰਟ ਹੋ ਜਾਂਦੇ ਨੇ ਜਿਹੜੇ ਜੀਨਸ ਆਫ ਡਿਫਰੈਂਟ ਕਰੈਕਟਰਸ ਹੈ ਵਿਚ ਆਰ ਲੋਕੇਟਡ ਇਨ ਡਿਫਰੈਂਟ ਪੇਅਰ ਆਫ ਕ੍ਰੋਮੋਸੋਮਸ ਦੇ ਆਰ ਇੰਡੀਪੈਂਡੈਂਟ ਆਫ ਵਨ ਅਨਦਰ ਠੀਕ ਹੈ ਜਦੋਂ ਉਹਨਾਂ ਦਾ ਸੈਗਰੀਗੇਸ਼ਨ ਹੁੰਦਾ ਹੈ ਜਦੋਂ ਗੈਮੀਟ ਫਾਰਮੇਸ਼ਨ ਹੁੰਦੀ ਹੈ ਐਟ ਦ ਟਾਈਮ ਆਫ ਮਿਓਸਿਸ ਤਾਂ ਉਹ ਇੰਡੀਪੈਂਡੈਂਟਲੀ ਸੈਗਰੀਗੇਟ ਹੋ ਜਾਂਦੇ ਆ ਆਪਾਂ ਡਾਈਹਾਈਬ੍ਰਿਡ ਕ੍ਰੋਸ ਕੀਤਾ ਸੀ ਜਿਵੇਂ ਫੋਰ ਇਗਜ਼ਾਮਪਲ ਆਪਾਂ ਰਾਊਂਡ ਸੀਡ ਆਪਾਂ ਦੇਖਿਆ ਸੀ ਰਾਊਂਡ ਐਂਡ ਯੈਲੋ ਨੂੰ ਆਪਾਂ ਕ੍ਰੋਸ ਕੀਤਾ ਸੀਗਾ ਜਿਹੜੇ ਦੋ ਡੋਮੀਨੈਂਟ ਕਰੈਕਟਰ ਸੀਗੇ ਰਾਊਂਡ ਸੀਡ ਲਏ ਸੀਗੇ ਦ ਸੀਡਸ ਆਰ ਰਾਊਂਡ ਐਂਡ ਦ ਕਲਰ ਆਫ ਦ ਸੀਡ ਇਜ਼ ਯੈਲੋ ਇਹ ਡੋਮੀਨੈਂਟ ਕਰੈਕਟਰ ਸੀਗਾ ਔਰ ਇਸ ਨੂੰ ਆਪਾਂ ਕ੍ਰੋਸ ਕੀਤਾ ਸੀਗਾ ਰਿੰਕਲਡ ਸੀਡ ਦੇ ਨਾਲ ਐਂਡ ਗ੍ਰੀਨ ਕਲਰ ਸੋ ਜਦੋਂ ਸਾਡਾ F1 ਜਨਰੇਸ਼ਨ ਆਈ ਸੀ ਤਾਂ ਉਹਦੇ 'ਚ ਦੋਨੋਂ ਡੋਮੀਨੈਂਟ ਕਰੈਕਟਰ ਆਏ ਸੀ F1 ਜਨਰੇਸ਼ਨ ਕੀ ਸੀ ਕੈਪੀਟਲ ਆਰ ਸਮੋਲ ਆਰ ਕੈਪੀਟਲ ਵਾਈ ਸਮੋਲ ਵਾਈ ਠੀਕ ਹੈ ਜਦੋਂ ਆਪਾਂ ਇਸ ਨੂੰ ਸੈਲਫਿੰਗ ਕੀਤਾ ਸੀਗਾ ਤਾਂ ਸਾਡੇ ਕੋਲ ਡਾਈਹਾਈਬ੍ਰਿਡ ਰੇਸ਼ੋ ਕੀ ਆਈ ਸੀ 9:3:1 ਦਿਸ ਵਾਸ ਦਾ ਡਾਈਹਾਈਬ੍ਰਿਡ ਰੇਸ਼ੋ ਸੋ ਡਾਈਹਾਈਬ੍ਰਿਡ ਰੇਸ਼ੋ ਇੰਡੀਕੇਟ ਕਰ ਰਹੀ ਸੀ ਕਿ ਕਿਸ ਤਰ੍ਹਾਂ ਜੋ ਵੀ ਸਾਡੇ ਪੇਰੈਂਟਲ ਕਰੈਕਟਰ ਸੀਗੇ ਜਦੋਂ ਆਪਣੇ ਕੋਲ 9:3:1 ਰੇਸ਼ੋ ਆਈ ਤਾਂ ਸਾਡੇ ਕੋਲ ਰਾਊਂਡ ਐਂਡ ਯੈਲੋ ਸੀਡਸ ਵੀ ਆਏ ਰਾਊਂਡ ਐਂਡ ਗ੍ਰੀਨ ਸੀਡਸ ਵੀ ਆਏ ਰਿੰਕਲਡ ਐਂਡ ਯੈਲੋ ਵੀ ਆਏ ਔਰ ਰਿੰਕਲਡ ਐਂਡ ਗ੍ਰੀਨ ਵੀ ਆਏ ਠੀਕ ਹੈ ਤੁਸੀਂ ਇੱਕ ਵਾਰ ਆਪਣਾ ਡਾਈਹਾਈਬ੍ਰਿਡ ਕ੍ਰੋਸ ਰਿਵਾਈਜ਼ ਕਰਨਾ ਤੁਹਾਨੂੰ ਜੋ ਮੈਂ ਕਹਿ ਰਹੀ ਹਾਂ ਬਿਲਕੁਲ ਕਲੀਅਰ ਹੋ ਜਾਏਗਾ ਠੀਕ ਹੈ ਸੋ ਇਹ ਜਿਹੜਾ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਸੀਗਾ ਇਹ ਜਸਟੀਫਾਈਡ ਸੀਗਾ ਕਿਉਂਕਿ ਇਹ ਆਪਾਂ ਤਾਂ ਜਸਟੀਫਾਈ ਕੀਤਾ ਕਿ ਉਸ ਸਮੇਂ ਆਪਾਂ ਨੂੰ ਇਹ ਨਹੀਂ ਪਤਾ ਸੀ ਕਿ ਜੀਨਸ ਜਿਹੜੇ ਨੇ ਦੇ ਆਰ ਲਿੰਕਡ ਜਾਂ ਆਪਸ 'ਚ ਇੱਕ ਦੂਜੇ ਦੇ ਨਾਲ ਜੁੜੇ ਹੋਏ ਸੋ ਜੀਨਸ ਵਰ ਨੋਟ ਲਿੰਕਡ ਤਦ ਦੇ ਜਸਟੀਫਾਈ ਹੈ ਜਾਂ ਜੀਨਸ ਵਰ ਲੋਕੇਟਿਡ ਔਨ ਡਿਫਰੈਂਟ ਕ੍ਰੋਮੋਸੋਮਸ ਤਾਂ ਮੈਂਡੇਲੀਅਨ ਇਨਹੈਰੀਟੈਂਸ ਇਹ ਕਹਿੰਦਾ ਸੀ ਕਿ ਵਨ ਕਰੈਕਟਰ ਜਿਹੜੀ ਜੀਨ ਵਨ ਕਰੈਕਟਰ ਕੰਟਰੋਲ ਕਰ ਰਹੀ ਹੈ ਇਟ ਮਸਟ ਬੀ ਲੋਕੇਟਿਡ ਔਨ ਵਨ ਕ੍ਰੋਮੋਸੋਮਸ ਰਾਈਟ ਸੋ ਲੇਟਰ ਆਨ ਕੁਛ ਐਕਸੈਪਸ਼ਨਲ ਕੇਸਿਸ ਸੀ ਇਸ ਤੋਂ ਹਟ ਕੇ ਗੱਲ ਹੋਈ ਜੋ ਆਪਾਂ ਅੱਗੇ ਡਿਸਕਸ ਕਰਾਂਗੇ ਨਾ ਸੋ ਸਟੂਡੈਂਟਸ ਵਟ ਇਜ਼ ਲਿੰਕੇਜ ਆਪਾਂ ਨੂੰ ਪਤਾ ਹੈ ਕਿ ਜਿਹੜਾ ਕ੍ਰੋਮੋਸੋਮ ਹੈ ਇੱਥੇ ਮੈਂ ਬਣਾਇਆ ਸਪੋਜ਼ ਦਿਸ ਇਜ਼ ਵਨ ਕ੍ਰੋਮੋਸੋਮ ਇਹ ਉਹਦਾ ਸੈਂਟਰੋਮੀਅਰ ਹੈ ਕ੍ਰੋਮੋਸੋਮਸ ਦੇ ਉੱਪਰ ਕੀ ਹੈਗੇ ਨੇ ਜੀਨਸ ਪ੍ਰੈਜੈਂਟ ਹੁੰਦੇ ਆ ਲੈਟ ਅਸ ਸੇ ਦਿਸ ਇਜ਼ ਜੀਨ ਏ ਐਂਡ ਦਿਸ ਇਜ਼ ਜੀਨ ਬੀ ਸੋ ਦੇਰ ਆਰ ਮੈਨੀ ਜੀਨਸ ਪ੍ਰੈਜੈਂਟ ਔਨ ਦਾ ਕ੍ਰੋਮੋਸੋਮਸ ਸੋ ਜਿਹੜੇ ਜਿਵੇਂ ਏ ਔਰ ਬੀ ਜੀਨਸ ਨੇ ਇਹ ਇੱਕ ਦੂਏ ਦੇ ਇੰਨੇ ਜ਼ਿਆਦਾ ਕਲੋਜ਼ ਹੁੰਦੇ ਨੇ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਲਿੰਕਡ ਜੀਨਸ ਠੀਕ ਹੈ ਲਿੰਕਡ ਜੀਨਸ ਜੋ ਇੱਕ ਦੂਜੇ ਦੇ ਇੰਨੇ ਜ਼ਿਆਦਾ ਕਲੋਜ਼ ਨੇ ਜਿਵੇਂ ਸਪੋਜ਼ ਕਰੋ ਇੱਕ ਜੀਨ ਹੈਗੀ ਹੈ ਜੀਨ ਸੀ ਸੋ ਜੀਨ ਸੀ ਇਜ਼ ਆਲਸੋ ਪ੍ਰੈਜੈਂਟ ਔਨ ਦਾ ਸੇਮ ਕ੍ਰੋਮੋਸੋਮ ਲੇਕਿਨ ਡਿਸਟੈਂਸ ਬਿਟਵੀਨ ਜੀਨ ਏ ਐਂਡ ਜੀਨ ਬੀ ਇਜ਼ ਵੈਰੀ ਲੈਸ ਐਂਡ ਡਿਸਟੈਂਸ ਬਿਟਵੀਨ ਜੀਨ ਏ ਐਂਡ ਜੀਨ ਸੀ ਇਜ਼ ਮੋਰ ਸੋ ਕਿਹੜੀਆਂ ਜੀਨਸ ਜ਼ਿਆਦਾ ਇੱਕ ਦੂਏ ਦੇ ਕਲੋਜ਼ ਹੈਗੀਆਂ ਜ਼ਿਆਦਾ ਲਿੰਕਡ ਹੈਗੀਆਂ ਦੈਟ ਇਜ਼ ਜੀਨ ਏ ਐਂਡ ਬੀ ਸੋ ਲਿੰਕਡ ਜੀਨਸ ਜੋ ਹੁੰਦੇ ਨੇ ਦੇ ਟਰਾਈ ਟੂ ਟਰਾਂਸਮਿਟ ਟੂਗੈਦਰ ਐਜ਼ ਅ ਸਿੰਗਲ ਯੂਨਿਟ ਜਦੋਂ ਸੈਗਰੀਗੇਸ਼ਨ ਹੋਏਗੀ ਤਾਂ ਇਹ ਸੈਪਰੇਟ ਨਹੀਂ ਹੋ ਪਾਉਂਦੇ ਔਰ ਇਹ ਐਜ਼ ਅ ਸਿੰਗਲ ਯੂਨਿਟ ਦੋਨੋਂ ਅੱਗੇ ਟਰਾਂਸਮਿਟ ਹੁੰਦੇ ਆ ਸੋ ਟੈਂਡੈਂਸੀ ਆਫ ਦ ਜੀਨਸ ਵਿਚ ਆਰ ਪ੍ਰੈਜੈਂਟ ਔਨ ਦ ਸੇਮ ਕ੍ਰੋਮੋਸੋਮਸ ਐਂਡ ਦੇ ਐਂਟਰ ਇਨ ਟੂ ਦ ਸੇਮ ਗੈਮੀਟ ਇਜ਼ ਕਾਲਡ ਲਿੰਕੇਜ ਇਟ ਮੀਨਸ ਸਪੋਜ ਜੀਨ ਏ ਐਂਡ ਬੀ ਦੇ ਆਰ ਵੈਰੀ ਕਲੋਜ ਟੂ ਈਚ ਅਦਰ ਦੇ ਆਰ ਪ੍ਰੈਜੈਂਟ ਔਨ ਦ ਸੇਮ ਕ੍ਰੋਮੋਸੋਮ ਐਂਡ ਦੇ ਵਿਲ ਜਸਟ ਪਾਸ ਇਨ ਟੂ ਦ ਸੇਮ ਗੈਮੀਟ ਟੂਗੈਦਰ ਸੈਪਰੇਟ ਨਹੀਂ ਹੋਣਗੀਆਂ ਬਿਕੋਜ਼ ਅਗਰ ਉਹਨਾਂ ਦੇ ਵਿੱਚ ਜਿਹੜੀ ਲਿੰਕੇਜ ਹੈ ਉਹ ਸਟਰੋਂਗ ਲਿੰਕੇਜ ਹੈ ਤਾਂ ਇਸ ਕੇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਏ ਐਂਡ ਬੀ ਆਰ ਵੈਰੀ ਕਲੋਜ਼ ਟੂ ਈਚ ਅਦਰ ਔਰ ਉਹਨਾਂ ਦੇ ਵਿੱਚ ਜਿਹੜੀ ਲਿੰਕੇਜ ਹੈ ਉਹ ਬਹੁਤ ਸਟਰੋਂਗ ਹੈ
ਤਾਂ ਉਹ ਸੈਪਰੇਟ ਨਹੀਂ ਹੋਣਗੇ, ਉਹ ਦੋਨੋਂ ਇਕੱਠੇ ਅੱਗੇ ਆਫਸਪ੍ਰਿੰਗ ਦੇ ਵਿੱਚ ਟਰਾਂਸਮਿਟ ਹੋ ਜਾਣਗੇ, ਠੀਕ ਹੈ। ਜਦਕਿ ਆਪਾਂ ਇੰਡੀਪੈਂਡੈਂਟ ਅਸੋਰਟਮੈਂਟ 'ਚ ਮੈਂਡਲ ਨੇ ਦੇਖਿਆ ਕਿ ਨਹੀਂ, ਜਦੋਂ 9:3:3:1 ਰੇਸ਼ੋ ਆਇਆ ਤਾਂ ਜਿਹੜੇ ਜੀਨਸ ਸੀਗੇ ਉਹ ਕੀ ਹੋਏ ਕਿ ਜਿਹੜੇ ਇਨਹੈਰੀਟੈਂਸ ਆਫ ਟੂ ਔਰ ਮੋਰ ਜੀਨਸ ਜਿਹੜੇ ਨੇ ਉਸ ਇੰਡੀਪੈਂਡੈਂਟ ਹੈ ਇੱਕ ਦੂਸਰੇ ਦੇ, ਠੀਕ ਹੈ। ਤਾਂ ਉਹ ਸੈਗਰੀਗੇਟ ਹੋਣਗੇ ਡਿਊਰਿੰਗ ਦਾ ਗੈਮੀਟ ਫਾਰਮੇਸ਼ਨ। ਦੈਨ ਸਟਰੋਂਗ ਲਿੰਕੇਜ, ਇਫ ਟੂ ਜੀਨਸ ਆਰ ਫਿਜ਼ੀਕਲੀ ਨੀਅਰ ਟੂ ਈਚ ਅਦਰ, ਅਗਰ ਸਪੋਜ ਦੋ ਜੀਨਸ ਇੱਕ ਦੂਏ ਦੇ ਬਹੁਤ ਨੇੜੇ ਨੇੜੇ ਨੇ ਔਰ ਉਹ ਸੈਪਰੇਟ ਨਹੀਂ ਹੋਣਗੇ, ਤਾਂ ਆਪਾਂ ਉਹਨਾਂ ਨੂੰ ਕਹਾਂਗੇ ਕਿ ਦੋਨਾਂ ਨੇ ਇੱਕ ਦੂਏ ਨੂੰ ਚੰਗੀ ਤਰ੍ਹਾਂ ਫੜਿਆ ਹੋਇਆ, ਉਹ ਬਿਲਕੁਲ ਅਲੱਗ ਨਹੀਂ ਹੋ ਰਹੇ, ਸਾ ਉਸ ਲਿੰਕੇਜ ਨੂੰ ਆਪਾਂ ਕਹਿੰਦੇ ਹਾਂ ਸਟਰੋਂਗ ਲਿੰਕੇਜ। ਜਿਵੇਂ ਆਪਾਂ ਇੱਕ ਦੂਸਰੇ ਦਾ ਕਈ ਵਾਰੀ ਹੱਥ ਟਾਈਟ ਪਕੜ ਲੈਂਦੇ ਹਾਂ, ਆਪਾਂ ਬੋਲਦੇ ਹਾਂ ਕਿ ਆਪਾਂ ਇਸ ਨੂੰ ਛੋੜਨਾ ਨਹੀਂ ਹੈ, ਸੋ ਆਪਣਾ ਜਿਹੜਾ ਇਹ ਬੌਂਡ ਹੈ ਬਹੁਤ ਸਟਰੋਂਗ ਹੈ। ਤਾਂ ਦੋ ਜੀਨਸ ਇੱਕ ਦੂਏ ਦੇ ਸੋ ਕਲੋਜ਼ ਨੇ, ਉਹਨਾਂ ਦਾ ਡਿਸਟੈਂਸ ਇੰਨਾ ਘੱਟ ਹੈ, ਉਹਨਾਂ ਦਾ ਬੌਂਡ ਇੰਨਾ ਸਟਰੋਂਗ ਹੈ, ਸੋ ਆਪਾਂ ਇਹ ਵਰਡ ਯੂਜ਼ ਕਰਾਂਗੇ ਕਿ ਉਹਨਾਂ 'ਚ ਜਿਹੜਾ ਲਿੰਕੇਜ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੈ। ਲਿੰਕੇਜ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਹੈ ਡਿਸਟੈਂਸ ਬਿਟਵੀਨ ਦਾ ਜੀਨਸ। ਆਈ ਹੋਪ ਹੁਣ ਤੁਹਾਨੂੰ ਸਮਝ ਆ ਗਿਆ। ਅਗਰ ਜੀਨਸ ਦੇ ਵਿੱਚ ਡਿਸਟੈਂਸ ਜ਼ਿਆਦਾ ਹੈ, ਠੀਕ ਹੈ, ਸਪੋਜ਼ ਕਰੋ ਇਹ ਕ੍ਰੋਮੋਸੋਮ ਹੈ, ਰਾਈਟ, ਸੋ ਇੱਕ ਜੀਨ ਜਿਹੜੀ ਹੈ ਉਹ ਏ ਜੀਨ ਇੱਥੇ ਹੈ ਔਰ ਬੀ ਜੀਨ ਇੱਥੇ ਹੈ, ਸੋ ਇਹਦਾ ਮਤਲਬ ਇਹ ਜਿਹੜੀਆਂ ਦੋ ਜੀਨਸ ਨੇ ਇਸ ਦੇ ਵਿੱਚ ਡਿਸਟੈਂਸ ਜ਼ਿਆਦਾ ਹੈ। ਜਿੰਨਾ ਡਿਸਟੈਂਸ ਜ਼ਿਆਦਾ ਹੋਏਗਾ ਉਨੀ ਉਹਨਾਂ ਦੇ ਵਿੱਚ ਜਿਹੜੀ ਲਿੰਕੇਜ ਪ੍ਰੋਪਰਟੀ ਹੈ ਉਹ ਘੱਟ ਜਾਏਗੀ, ਓਬੀਅਸਲੀ। ਸੋ ਅਗਰ ਜੀਨਸ ਇੱਕ ਦੂਏ ਦੇ ਬਹੁਤ ਨੇੜੇ ਹੈ, ਸਪੋਜ਼ ਸੀ ਜੀਨ ਏ ਦੇ ਬਹੁਤ ਨੇੜੇ ਹੈ, ਸੋ ਜਿਹੜੀ ਲਿੰਕੇਜ ਹੈ ਏ ਔਰ ਸੀ ਦੇ ਵਿੱਚ ਡਿਸਟੈਂਸ ਘੱਟ ਹੈ, ਇਸ ਕਰਕੇ ਲਿੰਕੇਜ ਸਟਰੋਂਗ ਹੈ। ਏ ਔਰ ਬੀ ਦੇ ਵਿੱਚ ਡਿਸਟੈਂਸ ਜ਼ਿਆਦਾ ਹੈ, ਇਸ ਕਰਕੇ ਲਿੰਕੇਜ ਜਿਹੜੀ ਹੈ ਉਹ ਘੱਟ ਹੈਗੀ ਹੈ। ਤੋ ਵੀ ਕੈਨ ਸੇ ਦੈਟ ਲਿੰਕੇਜ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦ ਡਿਸਟੈਂਸ ਬਿਟਵੀਨ ਦਾ ਟੂ ਜੀਨਸ। ਨੈਕਸਟ ਬੱਚੇ, ਲਿੰਕੇਜ ਵਾਸ ਡਿਸਕਵਰਡ ਬਾਏ ਬੈਕਸਨ ਐਂਡ ਪੁਨਿਟ 1906, ਔਰ ਪਲਾਂਟ ਦਾ ਨਾਮ ਹੈ ਜਿਸ ਦੇ ਵਿੱਚ ਲਿੰਕੇਜ ਡਿਸਕਵਰ ਕੀਤਾ ਗਿਆ ਸੀ, ਦੈਟ ਇਜ਼ ਲੇਥਾਇਰਸ ਓਡੋਰੇਟਸ, ਐਂਡ ਲੇਥਾਇਰਸ ਓਡੋਰੇਟਸ ਇਜ਼ ਨੋਨ ਐਜ ਸਵੀਟ ਪੀ। ਸੋ ਬੈਟਸਨ ਐਂਡ ਪੁਨਿਟ ਨੇ ਕੀ ਦੇਖਿਆ, ਉਹਨਾਂ ਨੇ ਇੱਕ ਸੇਮ ਉਹਨਾਂ ਨੇ ਡਾਈਹਾਈਬ੍ਰਿਡ ਕ੍ਰੋਸ ਕੀਤਾ, ਕਿਸ ਦੇ ਵਿੱਚ ਜਿਹੜਾ ਲੇਥਾਇਰਸ ਓਡੋਰੇਟਸ ਹੈ ਉਸ ਦੇ ਵਿੱਚ ਪਰਪਲ ਫਲਾਵਰਸ ਵੀ ਹੈ ਔਰ ਰੈੱਡ ਫਲਾਵਰਸ ਵੀ ਹੈ, ਪੋਲਨ ਗ੍ਰੇਨਸ ਲੌਂਗ ਵੀ ਹੁੰਦੇ ਆ, ਪੋਲਨ ਗ੍ਰੇਨਸ ਰਾਊਂਡ ਵੀ ਹੁੰਦੇ ਆ, ਲੇਕਿਨ ਪਰਪਲ ਫਲਾਵਰ ਔਰ ਲੌਂਗ ਪੋਲਨ ਜੋ ਹੈ ਉਹ ਡੋਮੀਨੈਂਟ ਕਰੈਕਟਰ ਹੈ, ਐਂਡ ਰੈੱਡ ਫਲਾਵਰ ਔਰ ਰਾਊਂਡ ਪੋਲਨਸ ਜਿਹਨੇ ਉਹ ਰਿਸੈਸਿਵ ਕਰੈਕਟਰ ਹੈ, ਠੀਕ ਹੈ। ਸੋ ਸਿੰਪਲ ਜਿਵੇਂ ਮੈਂਡੇਲੀਅਨ ਡਾਈਹਾਈਬ੍ਰਿਡ ਕ੍ਰੋਸ ਹੈ ਉਸ ਰਾਹੀਂ ਉਹਨਾਂ ਨੇ ਕ੍ਰੋਸ ਕੀਤਾ, ਤਾਂ ਉਹਨਾਂ ਨੇ ਦੇਖਿਆ ਕਿ ਜੋ F1 ਜਨਰੇਸ਼ਨ ਹੈ ਉਹ ਕੀ ਹੋਏਗੀ, ਔਰ ਸਾਰੇ ਫਲਾਵਰਸ ਕੀ ਹੋਣਗੇ ਪਰਪਲ, ਪੋਲਨ ਗ੍ਰੇਨਸ ਕੀ ਹੋਣਗੇ ਲੌਂਗ, ਸਿੰਪਲ ਲਾਅ ਆਫ ਡੋਮੀਨੈਂਸ। ਦੈਨ F2 ਜਨਰੇਸ਼ਨ ਅਗਰ ਅਸੀਂ ਮੈਂਡਲ ਦਾ ਡਾਈਹਾਈਬ੍ਰਿਡ ਕ੍ਰੋਸ ਮੰਨ ਕੇ ਚੱਲੀਏ ਤਾਂ F2 ਜਨਰੇਸ਼ਨ ਸਾਡੇ ਕੋਲ ਕੀ ਆਉਣੀ ਚਾਹੀਦੀ ਹੈ ਬੱਚੋ, 9:3:3:1। ਬਟ ਬੈਟਸਨ ਐਂਡ ਪੁਨਰ ਦੈਟ ਦਿਸ ਵਾਸ ਦ ਐਕਸਪੈਕਟਿਡ ਰੇਸ਼ੋ, ਬਟ ਵਾਟ ਦੇ ਅਬਜ਼ਰਵਡ, ਦੇ ਗੋਟ 14:1:1:3। ਸੋ they were very surprised because this was a different ratio. They were expecting 9:3:3:1, Mendelian dihybrid ratio. Lekin Batson and Punnett ne jado Lathyrus odoratus dihybrid cross dekhya, kitna unhone to unhone dekhya ki F2 ratio 14:1:1:3 aa rahi hai, okay. Next, so ਉਹਨਾਂ ਨੇ ਦੇਖਿਆ ਕਿ ਜਿਹੜੇ F2 ਜਨਰੇਸ਼ਨ ਦੇ ਵਿੱਚ ਜਿਹੜੇ ਪਰਪਲ ਫਲਾਵਰ ਔਰ ਲੌਂਗ ਪੋਲਨਸ ਨੇ, ਠੀਕ ਹੈ, ਔਰ ਰੈੱਡ ਫਲਾਵਰ ਐਂਡ ਰਾਊਂਡ ਪੋਲਨ, ਪਰਪਲ ਫਲਾਵਰ, ਲੌਂਗ ਪੋਲਨ ਗ੍ਰੇਨਸ, ਰੈੱਡ ਐਂਡ ਰਾਊਂਡ, ਇਹ ਕੀ ਹੈ ਬੱਚੇ, ਇਹ ਸਾਡੇ ਪੇਰੈਂਟਸ ਸੀਗੇ, ਰਾਈਟ, ਅਤੇ ਇਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਜ਼ਿਆਦਾ ਹੈ। ਲੇਕਿਨ ਜਿਹੜੇ ਨਿਊ ਕੋਂਬੀਨੇਸ਼ਨ ਬਣੇ, ਜਿਵੇਂ ਆਪਾਂ ਦੇਖਿਆ ਪਰਪਲ ਔਰ ਰਾਊਂਡ ਵੀ ਹੋ ਸਕਦਾ ਹੈ ਔਰ ਪਰਪਲ ਔਰ ਲੌਂਗ ਵੀ ਹੋ ਸਕਦਾ ਹੈ, ਠੀਕ ਹੈ। ਸੋ ਇੱਥੇ ਬੱਚੇ ਰੈੱਡ ਹੋਊਗਾ, ਰੈੱਡ ਐਂਡ ਲੌਂਗ, ਇੱਥੇ ਠੀਕ ਕਰ ਲਓ, ਰੈੱਡ ਐਂਡ ਲੌਂਗ। ਸੋ ਇਹ ਜਿਹੜੇ ਇਹਨਾਂ ਦੀ ਜਿਹੜੀ ਫ੍ਰੀਕੁਐਂਸੀ ਸੀਗੀ ਉਹ 9:3:3:1 ਨਹੀਂ ਆ ਰਹੀ, ਫ੍ਰੀਕੁਐਂਸੀ ਆ ਰਹੀ ਹੈ 14। ਅਗਰ ਤੁਸੀਂ ਇਹਨਾਂ ਦਾ ਰੇਸ਼ੋ ਦੇਖੋ ਤਾਂ ਇਹਦੀ ਫ੍ਰੀਕੁਐਂਸੀ ਕੀ ਆਏਗੀ, 14:1:1:3। ਦੈਨ ਵਾਟ ਦੇ ਅਬਜ਼ਰਵ, ਉਹਨਾਂ ਨੇ ਇਹ ਉਸ ਬੇਸ 'ਤੇ ਇਹ ਦੱਸਿਆ ਕਿ ਜਿਹੜਾ ਪਰਪਲ ਫਲਾਵਰ ਔਰ ਲੌਂਗ ਪੋਲਨ ਦੇ ਜਿਹੜੇ ਜੀਨਸ ਹੈਗੇ ਨੇ ਉਹ ਕ੍ਰੋਮੋਸੋਮ ਦੇ ਉੱਪਰ ਲਿੰਕਡ ਹੈ,
ਦੇ ਆਰ ਸੋ ਕਲੋਜ਼ ਟੂ ਈਚ ਅਦਰ ਕਿ ਜਦੋਂ ਅੱਗੇ ਟ੍ਰੈਸਮਿਟ ਹੋਣਗੇ, ਜਦੋਂ ਮਿਓਸਿਸ ਹੋਏਗਾ, ਤਾਂ ਉਹ ਸੈਪਰੇਟ ਨਹੀਂ ਹੋ ਰਹੇ, ਉਹ ਇੰਡੀਪੈਂਡੈਂਟਲੀ ਅਬਜ਼ੌਰਬ ਨਹੀਂ ਕਰ ਰਹੇ, ਉਹ ਐਜ਼ ਅ ਯੂਨਿਟ ਇਕੱਠੇ ਜਾ ਰਹੇ ਨੇ, ਤਾਂ ਕਰਕੇ ਸਾਡੇ ਕੋਲ ਫ੍ਰੀਕੁਐਂਸੀ ਜਿਹੜੀ ਹੈ ਉਹ ਪੇਰੈਂਟਲ ਫ੍ਰੀਕੁਐਂਸੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਫ੍ਰੀਕੁਐਂਟ ਆ ਰਹੀ ਹੈ ਐਜ਼ ਕੰਪੇਅਰ ਟੂ ਨਿਊ ਕੋਂਬੀਨੇਸ਼ਨ। ਜਦਕਿ ਆਪਾਂ ਦੇਖਿਆ ਕਿ ਇਸ ਦੇ ਵਿੱਚ ਜਿਹੜੇ ਨਿਊ ਕੋਂਬੀਨੇਸ਼ਨਸ ਨੇ, ਜਿਵੇਂ 106 ਪਲਾਂਟਸ ਨੂੰ ਮਿਲੇ ਜਾਂ 107 ਮਿਲੇ, ਤਾਂ ਫ੍ਰੀਕੁਐਂਸੀ 14:1:1:3 ਸੀਗੀ। ਠੀਕ ਹੈ, ਸੋ ਇਟਸ ਮੀਨ ਇਟ ਮੀਨਸ ਉਸ ਬੇਸ 'ਤੇ ਉਹਨਾਂ ਨੇ ਇਹ ਕੰਕਲੂਡ ਕੀਤਾ ਕਿ ਦੇਰ ਇਜ਼ ਅ ਲਿੰਕੇਜ ਹੈ, ਔਰ ਜਿਹੜੀਆਂ ਜੀਨਸ ਨੇ ਉਹ ਟਾਈਟ ਲਿੰਕਡ ਹੈਗੀਆਂ ਕ੍ਰੋਮੋਸੋਮ ਦੇ ਉੱਪਰ, ਐਂਡ ਦੇ ਹੈਵ ਦਾ ਕਪੈਸਿਟੀ ਹੈ ਉਹਨਾਂ ਦੀ ਕਿ ਦੇ ਵਿਲ ਰਿਟੇਨ ਦੇਅਰ ਪੇਰੈਂਟਲ ਕੋਂਬੀਨੇਸ਼ਨ ਇਨ ਦਾ ਸਬਸੀਕੁਐਂਟ ਜਨਰੇਸ਼ਨ। ਸੋ ਇਸ ਨੂੰ ਆਪਾਂ ਬੋਲਦੇ ਹਾਂ ਲਿੰਕੇਜ। ਨੈਕਸਟ, ਸੋ ਬੱਚੇ ਸੇਮ ਚੀਜ਼ ਹੈ, ਦੇਖੋ ਦਿਸ ਇਜ਼ ਪਰਪਲ ਫਲਾਵਰ ਐਂਡ ਲੌਂਗ ਪੋਲਨਸ ਐਂਡ ਰੈਡ ਫਲਾਵਰ ਐਂਡ ਰਾਊਂਡ ਪੋਲਨਸ। ਸੋ ਫਰਟੀਲਾਈਜੇਸ਼ਨ ਹੋਇਆ, ਐਫ ਵਨ ਜਨਰੇਸ਼ਨ 'ਚ ਦੋਨੋਂ ਡੋਮੀਨੈਂਟ ਕਰੈਕਟਰਸ ਆਣਗੇ। ਕਿਹੜੇ ਕਿਹੜੇ ਫਲਾਵਰਸ ਆਰ ਪਰਪਲ ਐਂਡ ਪੋਲਨ ਗ੍ਰੇਨਸ ਆਰ ਲੌਂਗ। ਠੀਕ ਹੈ, ਸੋ ਪਰਪਲ ਫਲਾਵਰਸ ਐਂਡ ਲੌਂਗ ਪੋਲਨ, ਇਹ ਪੋਲਨ ਗ੍ਰੇਨ ਇਲੋਂਗੇਟਿਡ ਲੌਂਗ ਪੋਲਨ ਗ੍ਰੇਨ ਦਿਖਾਇਆ ਗਿਆ। ਨੈਕਸਟ ਦੇਖੋ ਹੁਣ ਸੈਲਫਿੰਗ, ਜਦੋਂ ਆਪਾਂ ਸੈਲਫਿੰਗ ਕੀਤਾ, ਸੈਲਫਿੰਗ ਦਾ ਕੀ ਰਿਜ਼ਲਟ ਆਇਆ? 284 ਪਰਪਲ ਔਰ ਲੌਂਗ ਆ ਰਹੇ ਹੈ, ਪਰਪਲ ਔਰ ਸਮਾਲ 21 ਆ ਰਹੇ ਹੈ, ਰੈੱਡ ਔਰ ਲੌਂਗ 21 ਆ ਰਹੇ ਹੈ, ਔਰ ਰਿਸੈਸਿਵ ਕਰੈਕਟਰ ਜਿਹੜਾ ਸੀਗਾ ਰੈੱਡ ਔਰ ਸਮਾਲ ਉਹ 55 ਆ ਰਹੇ ਹੈ। ਜਿਹੜੀ F2 ਪ੍ਰੋਜਨੀ ਹੈ ਉਹ 9:3:3:1 ਰੇਸ਼ੋ ਵਿੱਚ ਵਾਜ਼ ਐਕਸਪੈਕਟਿਡ ਬਿਕੋਜ਼ ਆਫ ਦ ਲਾਅ ਆਫ ਦ ਇੰਡੀਪੈਂਡੈਂਟ ਅਸੋਰਟਮੈਂਟ, ਉਹ ਨਹੀਂ ਆ ਰਿਹਾ ਹੈ। ਠੀਕ ਹੈ, ਸੋ ਇਹਦਾ ਮਤਲਬ ਜਿਹੜੀਆਂ ਜੀਨਸ ਨੇ ਜੋ ਕਿ ਫਲਾਵਰ ਦਾ ਕਲਰ ਕੰਟਰੋਲ ਕਰਦੀਆਂ ਔਰ ਪੋਲਨ ਦੀ ਸ਼ੇਪ ਨੂੰ ਕੰਟਰੋਲ ਕਰਦੀਆਂ, ਦੇ ਡੂ ਨੋਟ ਸੋਰਟ ਇੰਡੀਪੈਂਡੈਂਟਲੀ, ਉਹ ਇੰਡੀਪੈਂਡੈਂਟਲੀ ਅੱਗੇ ਨਹੀਂ ਆ ਰਹੀਆਂ, ਬਿਕੋਜ਼ ਦੇ ਆਰ ਲਿੰਕਡ ਐਂਡ ਦੇ ਵਿਲ ਟ੍ਰਾਂਸਮਿਟ ਟੁਗੈਦਰ। ਸੋ ਦੈਟਸ ਵਾਈ ਵੀ ਹੈਵ ਮੋਰ ਨੰਬਰ ਆਫ ਪਰਪਲ ਫਲਾਵਰ ਐਂਡ ਲੌਂਗ ਪੋਲਨਸ, ਬਿਕੋਜ਼ ਇਹਨਾਂ ਦੋਨਾਂ ਦੇ ਜੀਨਸ ਲਿੰਕਡ ਨੇ, ਜਾਂ ਜਿਵੇਂ ਰੈੱਡ ਔਰ ਰਾਊਂਡ ਇਹਨਾਂ ਦੇ ਜੀਨਸ ਜਿਹੜੇ ਨੇ ਉਹ ਲਿੰਕਡ ਹੈ, ਤਾਂ ਐਜ਼ ਅ ਯੂਨਿਟ ਜਿਹੜੇ ਹੋਣਗੇ ਜੀਨਸ ਆਪਣਾ ਪੇਰੈਂਟਲ ਕਰੈਕਟਰ ਮੇਨਟੇਨ ਕਰਨਗੇ, ਰਿਟੇਨ ਕਰਨਗੇ, ਔਰ ਦੈਨ ਉਹ ਸਬਸੀਕੁਐਂਟ ਜਨਰੇਸ਼ਨ 'ਚ ਅੱਗੇ ਪਾਸ ਹੋਣਗੇ। ਰਾਈਟ, ਨੈਕਸਟ, ਓਕੇ ਸਟੂਡੈਂਟਸ, ਸੇਮ ਇਸ ਦਾ ਜਦੋਂ ਉਹਨਾਂ ਨੇ ਟੈਸਟ ਕ੍ਰੋਸ ਕੀਤਾ। ਸੋ ਆਪਣੇ ਕੋਲ ਜਦੋਂ ਆਪਾਂ ਟੈਸਟ ਕ੍ਰੋਸ ਕਰਦੇ ਹਾਂ, ਇਫ ਯੂ ਰਿਮੈਂਬਰ ਟੈਸਟ ਕ੍ਰੋਸ ਦਾ ਕੀ ਰਿਜ਼ਲਟ ਹੁੰਦਾ? ਸਾਡੇ ਕੋਲ 50% ਪੇਰੈਂਟਲ ਕੋਂਬੀਨੇਸ਼ਨਸ ਆਉਂਦੇ ਨੇ ਔਰ 50% ਰੀਕੋਂਬੀਨੈਂਟਸ ਆਉਂਦੇ ਆ। ਰੀਕੋਂਬੀਨੈਂਟਸ ਮੀਨਸ ਜਿਹੜੇ ਸਾਡੇ ਕੋਲ ਨਿਊ ਕਰੈਕਟਰ ਆਉਂਦੇ ਆ, ਜਿਵੇਂ ਆਪਾਂ ਰਾਊਂਡ ਐਂਡ ਯੈਲੋ ਦੇਖਿਆ ਸੀਗਾ ਕਿ ਰਾਊਂਡ ਐਂਡ ਯੈਲੋ ਔਰ ਰਿੰਕਲਡ ਐਂਡ ਗ੍ਰੀਨ ਹੋ ਗਿਆ ਪੇਰੈਂਟਲ ਕੋਂਬੀਨੇਸ਼ਨ, ਔਰ ਜਿਹੜੇ ਨਿਊ ਕੋਂਬੀਨੇਸ਼ਨ ਬਣੇ ਆ, ਜਿਵੇਂ ਰਾਊਂਡ ਐਂਡ ਗ੍ਰੀਨ ਬਣਿਆ ਸੀਗਾ ਜਾਂ ਰਿੰਕਲਡ ਯੈਲੋ ਬਣਿਆ ਸੀ, 50% ਉਹ ਹੁੰਦੇ। ਠੀਕ ਹੈ, ਸੋ ਜਦੋਂ ਅਸੀਂ ਟੈਸਟ ਕ੍ਰੋਸ ਕੀ ਹੁੰਦਾ, ਜੋ ਸਾਡਾ F1 ਹਾਈਬ੍ਰਿਡ ਹੈ ਜੋ ਕਿ ਹੈਟਰੋਜ਼ਾਈਗਸ ਹੈ, ਉਸ ਨੂੰ ਆਪਾਂ ਕਿਹਦੇ ਨਾਲ ਕ੍ਰੋਸ ਕਰਦੇ ਹਾਂ? ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਦੇ ਹਾਂ। ਸੋ ਇਸ ਕੇਸ ਦੇ ਵਿੱਚ ਸਾਡਾ ਰਿਸੈਸਿਵ ਪੇਰੈਂਟ ਕੀ ਸੀਗਾ? ਸਮਾਲ ਐਲ, ਦੈਟ ਇਜ਼ ਰੈੱਡ ਐਂਡ ਰਾਊਂਡ, ਇਹ ਸਾਡਾ ਰਿਸੈਸਿਵ ਪੇਰੈਂਟ ਸੀਗਾ। ਰਾਈਟ, ਤਾਂ ਆਪਾਂ ਕੀ ਕੀਤਾ, ਲਿਥਾਇਰਸ ਓਡੋਰੇਟਸ ਦੇ ਵਿੱਚ ਜੋ ਸਾਡਾ F1 ਹਾਈਬ੍ਰਿਡ ਆਇਆ, F1 ਹਾਈਬ੍ਰਿਡ ਕੀ ਸੀ ਸਟੂਡੈਂਟਸ? ਪਰਪਲ ਔਰ ਲੌਂਗ ਸੀਗਾ। ਠੀਕ ਹੈ, ਕਿਉਂਕਿ ਦੋਨੋਂ ਡੋਮੀਨੈਂਟ ਕਰੈਕਟਰ ਹੈ। ਜਦੋਂ ਆਪਾਂ ਇਸ ਨੂੰ ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕੀਤਾ, ਤਾਂ ਸਾਡੀ ਐਕਸਪੈਕਟਿਡ ਰੇਸ਼ੋ ਕੀ ਸੀ? 1:1:1:1 ਟੈਸਟ ਕ੍ਰੋਸ ਦਾ ਰੇਸ਼ੋ ਹੈ, ਇਟਸ ਸਾਡੀ ਐਕਸਪੈਕਟਿਡ ਰੇਸ਼ੋ ਹੈ। ਲੇਕਿਨ ਫਿਰ ਦੇ ਵਰ ਸਰਪ੍ਰਾਈਜ਼ਡ ਬੈਟਸਮੈਨ ਐਂਡ ਪੁਨਰ, ਦੇ ਵਰ ਸਰਪ੍ਰਾਈਜ਼ ਬਿਕੋਜ਼ ਉਹਨਾਂ ਨੂੰ ਰੇਸ਼ੋ ਕਿੰਨਾ ਮਿਲਿਆ? ਦੇ ਨੂੰ ਰੇਸ਼ੋ ਮਿਲਿਆ 7:1:1:7, ਅ ਨਿਊ ਰੇਸ਼ੋ। ਦੈਨ ਦੇ ਸੈਡ ਕਿ ਇਹ ਰੇਸ਼ੋ ਕਿੱਦਾਂ ਹੋਇਆ? ਉਸ ਬੇਸ 'ਤੇ ਉਹਨਾਂ ਨੇ ਦੋ ਟਰਮਸ ਕੋਇਨ ਕੀਤੇ, ਕਪਲਿੰਗ ਐਂਡ ਰਿਪਲਸ਼ਨ। ਕਪਲਿੰਗ ਕੀ ਹੁੰਦਾ? ਤਾਂ ਉਹਨਾਂ ਨੇ ਕਿਹਾ, ਬੱਚੇ ਬਹੁਤ ਇੰਟਰਸਟਿੰਗ ਹੈ, ਬਹੁਤ ਈਜ਼ੀ ਹੈ, ਹੁਣ ਤੁਹਾਨੂੰ ਸਮਝ ਆ ਜਾਏਗਾ। ਕਪਲ ਕਿਹਨੂੰ ਕਿਹਾ ਹੁੰਦਾ? ਹਸਬੈਂਡ ਵਾਈਫ ਕਪਲ, ਬਿਕੋਜ਼ ਉਹ ਇਕੱਠੇ ਹੈ। ਠੀਕ ਹੈ, ਸੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਦੋ ਡੋਮੀਨੈਂਟ ਜੀਨਸ ਹੁੰਦੇ ਨੇ, ਜਿਵੇਂ P and L, ਦੋ ਡੋਮੀਨੈਂਟ ਜੀਨਸ ਨੇ, ਉਹ ਇਕੱਠੇ ਜਾਣਗੇ ਗੈਮੀਟ ਇੱਕ ਪੇਰੈਂਟ ਦੇ ਵਿੱਚ, ਦੇ ਆਰ ਕਪਲ। ਸੋ ਇਸ ਪ੍ਰੋਸੈਸ ਨੂੰ ਅਸੀਂ ਕਪਲਿੰਗ ਕਹਾਂਗੇ, ਕਿ ਕੈਪੀਟਲ P ਹੈ ਔਰ ਜਿਹੜਾ L ਹੈ ਉਹ ਦੋਨੋਂ ਪਾਸ ਟੂਗੈਦਰ ਇਨ ਵਨ ਗੈਮੀਟ। ਸਿਮੀਲਰਲੀ ਜਿਹੜਾ ਸਮਾਲ P ਔਰ ਸਮਾਲ L ਹੈ, ਦੇ ਪਾਸ ਟੂਗੈਦਰ ਇਨ ਵਨ ਗੈਮੀਟ। ਰਾਈਟ, ਸੋ ਇਸੀ ਲਈ ਸਾਡੇ ਕੋਲ ਰੇਸ਼ੋ ਆ ਰਹੀ ਹੈ 7 ਔਰ ਇੱਥੇ ਵੀ ਆ ਰਹੀ ਹੈ 7। ਉਸ ਤੋਂ ਬਾਅਦ ਰਿਪਲਸ਼ਨ ਹੁੰਦਾ, ਰਿਪਲਸ਼ਨ ਆਪਾਂ ਤਾਂ ਵਰਡ ਯੂਜ਼ ਕਰਦੇ ਹਾਂ ਜਦੋਂ ਆਪਣੇ ਕੋਲ ਦੋ ਡੋਮੀਨੈਂਟ ਜੀਨਸ ਜਿਹੜੀਆਂ ਦੋ ਡਿਫਰੈਂਟ ਪੇਰੈਂਟਸ ਕੋਲ ਆਉਂਦੀਆਂ।
ਜਿਵੇਂ ਆਪਣੇ ਕੋਲ ਕੈਪੀਟਲ ਪੀ ਸਮਾਲ ਪੀ ਕੈਪੀਟਲ ਐਲ ਸਮਾਲ ਐਲ ਸੋ ਇੱਥੇ ਜਿਹੜਾ ਸਾਡੇ ਕੋਲ ਜਦੋਂ ਸਾਡੇ ਕੋਲ ਡੋਮੀਨੈਂਟ ਜੀਨਸ ਜਿਹੜੇ ਨੇ ਉਹ ਡਿਫਰੈਂਟ ਪੇਰੈਂਟਸ ਕੋਲ ਆਉਣਗੇ ਜਾਂ ਹੈਟਰੋਜ਼ਾਈਗੋਟ ਜਦੋਂ ਬਣੇਗਾ ਸੋ ਇਹ ਉਸਨੂੰ ਅਸੀਂ ਰਿਪਲਸ਼ਨ ਬੋਲਾਂਗੇ ਠੀਕ ਹੈ ਸੋ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ ਜਦੋਂ ਆਪਾਂ ਸੈਲਫਿੰਗ ਕਰਦੇ ਹਾਂ ਜਿਵੇਂ ਕੈਪੀਟਲ ਪੀ ਸਮਾਲ ਪੀ ਕੈਪੀਟਲ ਐਲ ਸਮਾਲ ਐਲ ਨੂੰ ਆਪਾਂ ਸੈਲਫਿੰਗ ਕਰਾਂਗੇ ਤਾਂ ਦੋ ਸਾਡੇ ਕੋਲ ਦੋ ਪੇਰੈਂਟਸ ਅਲੱਗ ਅਲੱਗ ਹੋਗੇ ਤਾਂ ਡੋਮੀਨੈਂਟ ਜੀਨ ਕਮਸ ਫਰੋਮ ਟੂ ਡਿਫਰੈਂਟ ਪੇਰੈਂਟਸ ਠੀਕ ਹੈ ਜਾਂ ਜਿਵੇਂ ਆਹ ਦੇਖੋ ਇਹ ਸਿਚੁਏਸ਼ਨ ਹੈ ਪੀ ਪੀ ਐਲ ਐਲ ਸਮਾਲ ਪੀ ਕੈਪੀਟਲ ਐਲ ਕੈਪੀਟਲ ਐਲ ਇੱਥੇ ਕੀ ਹੈ ਕੈਪੀਟਲ ਕੀ ਕੈਪੀਟਲ ਪੀ ਇੱਕ ਪੇਰੈਂਟ ਤੋਂ ਆ ਰਿਹਾ ਔਰ ਕੈਪੀਟਲ ਐਲ ਦੂਸਰੇ ਪੇਰੈਂਟ ਤੋਂ ਆ ਰਿਹਾ ਹੈਟਰੋਜ਼ਾਈਗੋਟਸ ਹੈ ਤਾਂ ਦੋ ਡੋਮੀਨੈਂਟ ਜੀਨਸ ਦੋ ਡਿਫਰੈਂਟ ਪੇਰੈਂਟਸ ਤੋਂ ਆ ਰਹੀਆਂ ਨੇ ਸੋ ਇਸ ਨੂੰ ਆਪਾਂ ਰਿਪਲਸ਼ਨ ਬੋਲਿਆ ਜਦੋਂ ਦੋ ਡੋਮੀਨੈਂਟ ਬੀਨ ਜੀਨਸ ਇੱਕੋ ਪੇਰੈਂਟ ਤੋਂ ਆ ਰਹੀਆਂ ਦੇ ਆਰ ਪਾਸਿੰਗ ਟੂਗੈਦਰ ਇਨ ਵਨ ਗੈਮੀਟ ਤਾਂ ਉਸਨੂੰ ਅਸੀਂ ਕਪਲਿੰਗ ਕਵਾਂਗੇ ਇਸ ਨੂੰ ਅਸੀਂ ਰਿਪਲਸ਼ਨ ਕਰਾਂਗੇ ਸੋ ਦਿਸ ਵਾਜ਼ ਅ ਡੈਵੀਏਸ਼ਨ ਜੋ ਇੰਡੀਪੈਂਡੈਂਟ ਅਸੋਟਮੈਂਟ 'ਚ ਆਪਾਂ ਮੈਂਟਲ ਦਾ ਪੜ੍ਹਦੇ ਆ ਰਹੇ ਹਾਂ ਉਸ ਤੋਂ ਇਹ ਸਿਚੁਏਸ਼ਨ ਕੀ ਸੀ ਡਿਫਰੈਂਟ ਸੀ ਨਾ ਦੈਨ ਐਲੀਲਸ ਲਿੰਕ ਕੀਤਾ ਹੈ ਲੇਟਰ ਔਨ ਇਸ 'ਤੇ ਹੋਰ ਕੰਮ ਕੀਤਾ ਗਿਆ ਇਸ ਨੂੰ ਫਰਦਰ ਐਕਸਪਲੇਨ ਕੀਤਾ ਗਿਆ ਟੀ ਐਚ ਮੋਰਗਨ ਦੁਆਰਾ ਔਰ ਉਸਦੇ ਐਸੋਸੀਏਟਸ ਉਸਦੇ ਫਰੈਂਡ ਸੀਗੇ ਉਹਨਾਂ ਨੇ ਲਿੰਕੇਜ ਔਰ ਜੋ ਕਪਲਿੰਗ ਸੀਗਾ ਉਸ ਨੂੰ ਫਰਦਰ ਐਕਸਪਲੇਨ ਕੀਤਾ ਬੱਚੇ ਇੱਥੇ ਜਿਹੜਾ ਮੋਰਗਨ ਹੈ ਥੋਮਸ ਹੰਟ ਮੋਰਗਨ ਔਰ ਟੀ ਐਚ ਮੋਰਗਨ ਸੋ ਟੀ ਐਚ ਮੋਰਗਨ ਦਾ ਜਿਹੜਾ ਐਕਸਪੈਰੀਮੈਂਟ ਹੈ ਉਸਨੇ ਲਿੰਕੇਜ ਨੂੰ ਐਕਸਪਲੇਨ ਕਰਨ ਵਾਸਤੇ ਆਪਣਾ ਐਕਸਪੈਰੀਮੈਂਟ ਕੀਤਾ ਔਰ ਉਸਦਾ ਜੋ ਸਟੱਡੀ ਮਟੀਰੀਅਲ ਸੀਗਾ ਦੈਟ ਵਾਜ਼ ਡਰੋਸੋਫੀਲਾ ਮਿਲੈਨੋਗੈਸਟਰ ਇਸ ਨੂੰ ਤੁਸੀਂ ਨੋਟ ਕਰੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਮੈਂਡਲ ਦਾ ਸਟੱਡੀ ਮਟੀਰੀਅਲ ਸੀਗਾ ਦੈਟ ਵਾਜ਼ ਪਾਈਸਮ ਸਿਟਾਈਵਾ ਰਾਈਟ ਡਰੋਸੋਫੀਲਾ ਮਿਲੈਨੋਗੈਸਟਰ ਕਿਹਦਾ ਸਾਇੰਸ ਐਕਸਪੈਰੀਮੈਂਟਲ ਮਟੀਰੀਅਲ ਹੈ ਦੈਟ ਵਾਜ਼ ਦਾ ਐਕਸਪੈਰੀਮੈਂਟਲ ਮਟੀਰੀਅਲ ਆਫ ਮੋਰਗਨ ਐਂਡ ਟੀ ਐਚ ਮੋਰਗਨ ਰਾਈਟ ਟੀ ਐਚ ਮੋਰਗਨ ਨੇ ਡਰੋਸੋਫੀਲਾ ਮਿਲੈਨੋਗੈਸਟਰ ਆਪਣੀ ਜੈਨੇਟਿਕਲ ਸਟੱਡੀਜ਼ ਵਾਸਤੇ ਸਿਲੈਕਟ ਕੀਤਾ ਉਸਦੇ ਕਈ ਰੀਜ਼ਨ ਸੀਗੇ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ ਕਿ ਉਸਨੇ ਡਰੋਸੋਫੀਲਾ ਹੀ ਕਿਉਂ ਸਿਲੈਕਟ ਕੀਤਾ ਫਸਟ ਇਹ ਕਿ ਡਰੋਸੋਫੀਲਾ ਦੇ ਵਿੱਚ ਕੰਟਰਾਸਟਿੰਗ ਕਰੈਕਟਰਸ ਨੇ ਜਿੱਦਾਂ ਅਸੀਂ ਪਾਈਸਨ ਸਟਾਈਮੈਂਟ ਦੇਖਿਆ ਸੀ ਕਿ 7 ਕੰਟਰਾਸਟਿੰਗ ਕਰੈਕਟਰ ਮੈਂਡਲਸ ਨੇ ਸਟੱਡੀ ਕੀਤੇ ਸੀ ਸਿਮੀਲਰਲੀ ਇਨ ਦਾ ਡਰੋਸੋਫੀਲਾ ਦੇ ਵਰ ਮੈਨੀ ਕੰਟਰਾਸਟਿੰਗ ਕਰੈਕਟਰ ਲਾਈਕ ਆਈ ਕਲਰ ਡਰੋਸੋਫੀਲਾ 'ਚ ਰੈੱਡ ਆਈ ਵੀ ਹੈ ਵਾਈਟ ਆਈ ਵੀ ਹੈ ਬੋਡੀ ਕਲਰ ਬਰਾਊਨ ਵੀ ਹੈ ਯੈਲੋ ਵੀ ਹੈ ਵਿੰਗਸ ਜਿਹੜੇ ਨੇ ਦੇ ਆਰ ਲੌਂਗ ਔਲਸੋ ਐਂਡ ਸਮਾਲ ਜਿਹਨੂੰ ਆਪਾਂ ਮਿਨੀਏਚਰ ਵਿੰਗਸ ਬੋਲਦੇ ਹਾਂ ਇਹਨੂੰ ਆਪਾਂ ਲੈਬੋਰਟਰੀ 'ਚ ਈਜ਼ੀਲੀ ਗਰੋ ਕਰ ਸਕਦੇ ਹਾਂ ਲਾਈਫ ਸਾਈਕਲ ਡਰੋਸੋਫੀਲਾ ਦਾ ਬਹੁਤ ਛੋਟਾ ਹੈ 14-15 ਡੇਜ਼ 'ਚ ਆਪਣਾ ਲਾਈਫ ਸਾਈਕਲ ਜੋ ਹੈ ਉਹ ਪੂਰਾ ਕਰ ਲੈਂਦਾ ਹੈ ਆਪਣੇ ਕੋਲ ਪ੍ਰੋਜਨੀਜ਼ ਆ ਸਕਦੇ ਹੈ ਸੋ ਇਟ ਇਜ਼ ਵੈਰੀ ਈਜ਼ੀ ਫੋਰ ਅਸ ਟੂ ਸਟੱਡੀ ਦੈਨ ਮੇਲ ਔਰ ਫੀਮੇਲ ਜਿਹੜਾ ਡਰੋਸੋਫੀਲਾ ਮੇਲ ਆ ਔਰ ਡਰੋਸੋਫੀਲਾ ਫੀਮੇਲਸ ਜਿਹ ਨੇ ਉਹ ਦੇਖਣ ਦੇ ਵਿੱਚ ਮੋਰਫੋਲੋਜੀਕਲੀ ਡਿਫਰੈਂਟ ਹੁੰਦੇ ਨੇ ਔਰ ਜਿਹੜੀ ਬਰੀਡਿੰਗ ਹੈ ਇਹਨਾਂ ਨੂੰ ਜਿਹੜਾ ਰੀਪ੍ਰੋਡਿਊਸ ਕਰਵਾਉਣਾ ਹੈ ਉਹ ਆਪਾਂ ਥਰੂ ਆਊਟ ਦਾ ਈਅਰ ਇਹਦੀ ਬਰੀਡਿੰਗ ਕਰ ਸਕਦੇ ਹਾਂ ਸੋ ਦੇਰ ਆਰ ਸੋ ਮੈਨੀ ਪੋਜ਼ਿਟਿਵ ਫੈਕਟਰ ਦੈਟਸ ਵਾਈ ਟੀ ਐਚ ਮੋਰਗਨ ਜਿਹੜੇ ਸੀਗੇ ਦੇ ਸਿਲੈਕਟਿਡ ਡਰੋਸੋਫੀਲਾ ਮਿਲੈਨੋਗੈਸਟਰ ਵਿਚ ਇਜ਼ ਅ ਫਰੂਟ ਫਲਾਈ ਇਹਨੂੰ ਫਰੂਟ ਕਹਿੰਦੇ ਆ ਫਰੂਟ ਫਲਾਈ ਬੋਲਦੇ ਆ ਬਿਕੋਜ਼ ਇਹਨਾਂ ਨੂੰ ਅਸੀਂ ਇਹ ਫਰੂਟ ਫਲਾਈ ਦੇ ਉੱਪਰ ਹੀ ਇਹਨਾਂ ਨੇ ਇਹਨੂੰ ਰੇਸ ਕੀਤਾ ਸੀ ਵਿਦ ਮੈਸ਼ਡ ਬਨੈਨਾਜ਼ ਐਂਡ ਐਜ਼ ਅ ਫੂਡ ਮੈਸ਼ਡ ਬਨੈਨਾਜ਼ ਦੇ ਉੱਪਰ ਇਹਨਾਂ ਨੂੰ ਪ੍ਰੋਜਨੀਜ਼ ਜਿਹੜੇ ਸੀਗੇ ਉਹ ਰੇਸ ਕੀਤੇ ਸੀਗੇ ਸੋ ਇਹਨੂੰ ਅਸੀਂ ਫਰੂਟ ਫਲਾਈ ਬੋਲਦੇ ਹਾਂ ਨੈਕਸਟ ਮੋਰਗਨ ਜੋ ਸੀਗੇ ਮੋਰਗਨ ਜਦੋਂ ਆਪਣਾ ਐਕਸਪੈਰੀਮੈਂਟ ਕੀਤਾ ਮੋਰਗਨ ਨੋਟਿਸਡ ਅ ਵਾਈਟ ਆਈ ਮੇਲ ਅਮੰਗ ਨੋਰਮਲ ਜਿਹੜਾ ਰੈੱਡ ਆਈ ਕਰੈਕਟਰ ਹੈ ਇਹਨੂੰ ਅਸੀਂ ਵਾਈਲਡ ਕਰੈਕਟਰ ਵੀ ਕਹਿੰਦੇ ਹਾਂ ਇਹ ਡੋਮੀਨੈਂਟ ਕਰੈਕਟਰ ਹੈ ਸੋ ਸਾਰੀ ਆਈਸ ਡਰੋਸੋਫੀਲਾ ਆਈਸ ਰੈੱਡ ਹੈ ਲੇਕਿਨ ਮੋਰਗਨ ਨੇ ਰੈੱਡ ਆਈਸ ਦੇ ਵਿੱਚ ਉਹਨਾਂ ਨੇ ਇੱਕ ਮੇਲ ਦੇਖਿਆ ਜਿਸ ਦੀ ਕਿ ਆਈ ਕੀ ਸੀ ਉਹ ਵਾਈਟ ਆਈ ਸੀਗੀ ਠੀਕ ਹੈ ਸੋ ਵਾਈਟ ਆਈ ਕਰੈਕਟਰ ਜੋ ਹੈ ਉਹ ਸੈਕਸ ਲਿੰਕਡ ਕਰੈਕਟਰ ਹੈ ਔਰ ਇਹ ਐਕਸ ਕ੍ਰੋਮੋਜ਼ੋਮ ਦੇ ਉੱਪਰ ਜੀਨ ਹੁੰਦੀ ਹੈ ਜੋ ਕਿ ਪ੍ਰੋਟੀਨ ਪ੍ਰੋਡਿਊਸ ਕਰਦੀ ਹੈ ਜਿਸ ਦੇ ਨਾਲ ਕਿ ਆਈ ਦਾ ਕਲਰ ਆਉਂਦਾ ਹੈ ਸੋ ਵਾਈਟ ਆਈ ਕਰੈਕਟਰ ਜੋ ਹੈ ਇੱਕ ਜੀਨ ਦੀ ਮਿਊਟੇਸ਼ਨ ਕਰਕੇ ਆਉਂਦਾ ਹੈ ਔਰ ਇਸ ਨੂੰ ਆਪਾਂ ਮੈਂ ਆਪਣੇ ਨੈਕਸਟ ਲੈਕਚਰ ਜਦੋਂ ਸੈਕਸ ਲਿੰਕਡ ਇਨਹੈਰੀਟੈਂਸ ਤੁਹਾਨੂੰ ਕਰਾਉਂਗੀ ਆਈ ਵਿਲ ਮੇਕ ਯੂ ਕਲੀਅਰ ਦੇਅਰ ਸੋ ਮੈਂ ਉਸਨੇ ਜਿਹੜਾ ਵਾਈਟ ਆਈ ਕਰੈਕਟਰ ਦੇਖਿਆ ਉਹ ਇੱਕ ਸੈਕਸ ਲਿੰਕਡ ਇਨਹੈਰੀਟੈਂਸ ਸੀਗੀ ਔਰ ਵਿਚ ਇਜ਼ ਕੈਰੀਡ ਬਾਈ ਐਕਸ ਕ੍ਰੋਮੋਸੋਮਸ ਠੀਕ ਹੈ ਮੈਂਡਲ ਨੇ ਦੇਖਿਆ ਕਿ ਪੇਰੈਂਟਲ ਕੋਂਬੀਨੇਸ਼ਨਸ ਹਾਇਰ ਸੀਗੇ ਦੈਨ ਨੋਨ ਪੇਰੈਂਟਲ ਮੈਂਡਲ ਦਾ ਆਈ ਐਮ ਸੋਰੀ ਬੱਚੇ ਮੈਂ ਮੈਂਡਲ ਵਰਡ ਗਲਤੀ ਨਾਲ ਯੂਜ਼ ਕੀਤਾ ਮੋਰਗਨ ਮੋਰਗਨ ਨੇ ਦੇਖਿਆ ਕਿ ਜੋ ਪੇਰੈਂਟਸ ਕੋਂਬੀਨੇਸ਼ਨਸ ਨੇ ਦੇ ਆਰ ਮੋਰ ਐਜ਼ ਕੰਪੇਅਰ ਟੂ ਦਾ ਨੋਨ ਪੇਰੈਂਟ ਕੋਂਬੀਨੇਸ਼ਨਸ ਸੋ ਇਹਦਾ ਮਤਲਬ ਵੋਟ ਡਜ਼ ਇਟ ਮੀਨ ਇਹਦਾ ਮਤਲਬ ਕਿ ਜੀਨਸ ਆਪਸ ਦੇ ਵਿੱਚ ਫਿਜ਼ੀਕਲੀ ਕ੍ਰੋਮੋਜ਼ੋਮ ਦੇ ਉੱਪਰ ਜੀਨਸ ਜਿਹੜੇ ਨੇ ਉਹ ਐਸੋਸੀਏਟਿਡ ਹੈ ਬਹੁਤ ਜ਼ਿਆਦਾ ਨੇੜੇ ਹੈ ਔਰ ਉਸ ਦੇ ਵਿੱਚ ਲਿੰਕੇਜ ਹੈ
ही क्वाइंड द टर्म लिंकेज. सो इट वॉज मॉर्गन जिसने कि लिंकेज टर्म नू क्वाइंड किया. वॉट इज लिंकेज? इट इज द फिजिकल एसोसिएशन ऑफ द जीन्स ऑन द क्रोमोसोम. ठीक है. और रिकॉम्बीनेशन के जदों पेरेंट्स तो हट के न्यू कॉम्बीनेशन बनते हैं सो उन्होंने आप रिकॉम्बीनेंट्स बोलते हैं. हुने मैं थोनू मेंडल दे दो क्रॉसेस दिखान जा रही हाँ, क्रॉस ए एंड क्रॉस बी. क्रॉस ए जड़ा हैगा ओदे ते जीन्स बहुत ज़्यादा टाइटली लिंक्ड हैगे ने, और जड़ा सेकंड क्रॉस है उसदे विच जीन्स लूजली लिंक्ड हैगे ने. ठीक है. मैं हुने थोनू एक्सप्लेन करूँगी. इन फर्स्ट क्रॉस व्हेन द जीन्स आर टाइटली लिंक्ड सो वी हैव वेरी लिटल रिकॉम्बिनेशन फ्रीक्वेंसी, जस्ट 1.3. बट इन बी वैन द जीन्स आर लूजली लिंक्ड, उन्हों का आपस लिंकेज स्ट्रोंग नहीं है, द रिकॉम्बिनेशन ज़्यादा बढ़ेंगे, पेरेंट्स की फ्रीकुएंसी घट होगी. ठीक है बच्चे, इस क्रॉस में आप नैक्सट लैक्चर के फिर डिस्कस करेंगे. सो आप दो क्रॉसिस इतने देख रहे हैं. फस्ट क्रॉस जोड़ा है पेरेंट्स जोड़े ने फीमेल येलो बॉडी कलर है और वाइट आई है, मेल जोड़ा है ब्राउन बॉडी कलर है और रेड आई है. इस दे विच अपना एक चीज़ अजय ध्यान नाल देखो बच्चे, इत्थे अपना की हैगा कि जे तुसी जदों तुसी गैमीट्स बने और थोड़े को नैक्सट जनरेशन आईया, तो इत्थे एक चीज़ नोट किए गए कि जिहड़े पेरेंट्स का कॉम्बीनेशन है वह 98.7 है, जबकि रिकॉम्बीनेंट्स सिर्फ की ने 1.3% आ रहे हैं. ठीक है. रीज़न की है, रीज़न अगर तुसी इत्थे उपर ध्यान ना देखो बच्चे, जो इतने जीन्स आप बनाए हैं जीन वाई एंड जीन डबल्यू जो बॉडी कलर कंट्रोल कर रहे हैं आई, दे आर वेरी क्लोज टू ईच अदर. और दूसरा इतने कंट्रास्ट देखो, इतने जो डबल्यू और एम जीन्स ने एक आई कलर ली है मिनीएचर विंग्स के विंग्स के साइज ली है. इतने जीन्स एक दूए तो की ने फार है, दूर है. इतने जीन्स जोड़े ने एक दूए के बहुत नेड़े हैं. जदों जीन्स एक दूजे के नेड़े ने लिंक्ड जीन्स ने, तो उस समय जी पेरेंटल जो अपने को रिजल्ट आएगा जोड़े पेरेंट्स फॉर्म आने गए वो 98.7 आ रहे हैं, और जोड़े रिकॉम्बीनेशन न्यू फॉर्म्स ने सिर्फ 1.3 आ रहे हैं. ठीक है. लेकिन दूसरे केस के जो जीन्स के लिंकेज नहीं है, जीन्स जोड़े ने और एक दूसरे तो बहुत दूर दूर प्रेजेंट ने, तो उस समय पेरेंट्स आ रहे ने 62.8% एंड रिकॉम्बिनेंट जोड़े न्यू फॉर्म्स ने वो आ रहे ने 37.2%. ठीक है. और इस क्रॉस नू बच्चे आप नैक्सट लैक्चर के किदा प्रोजनीज बने, दैट आई विल एक्सप्लेन यू वैन वी विल डू सैक्स लिंक इनहैरिटेंस. अदरवाइज इतने कुछ भी नहीं है, सिर्फ आप पेरेंट्स लैके सिंपल F1 जनरेशन बना के आप प्रोजनीज बनाए हुए हैं. इट मीनस ए क्रॉस ए इंडीकेट कर रहा है, मैं अपनी पिछे वाली स्लाइड पर जाऊँगी, जदा क्रॉस ए है स्टूडेंट्स वो जीन्स आर वेरी टाइटली लिंक्ड. जो जीन्स टाइटली लिंक ने उन्हें कोई क्रॉसओवर नहीं हो रहा, कोई नवे कॉम्बीनेशन नहीं बन रहे, सो जो पेरेंटल जी साढ़े को रेशो आ रही है बहुत ज़्यादा आ रही है. अपन देखिए कि 98.7% सेम पेरेंटल करैक्टर साढ़े को आ रहा है, एंड न्यू कॉम्बीनेशन किन्ने आ रहे हैं? जस्ट 1.3%. राइट. और सेकेंड केस के जीन्स जोड़े से वो लूजली लिंक्ड से, जो जीन्स लूज हैगे हैं तो कि होएगा क्रॉसओवर होएगा, नवे कॉम्बीनेशन बनेंगे, तो पेरेंटल जोड़े से सिर्फ 62.8% ने, और जोड़े न्यू कॉम्बीनेशन किन्ने बने? 37.2%. ठीक है. सो दिस वॉज ऑब्जर्व बाय मॉर्गन एंड ही कंक्लूडिड दैट जीन्स जोड़े जीन्स इत्थे क्रॉस के देखो जेड़े जीन्स जोड़े ने वो अपना कंट्रोल कर रहे हैं बॉडी कलर एंड द कलर ऑफ द आईज, दे आर वेरी क्लोज टू ईच अदर एंड दे आर शोइंग स्ट्रोंग लिंकेज. हेयर जीन्स आर फार फॉर बॉडी कलर एंड द विंग साइज, सो हेयर वी आर हैविंग मोर रिकॉम्बिनेंट्स एंड वी आर गेटिंग पेरेंटल फॉर्म एज वेल एज मोर रिकॉम्बिनेंट्स एज कंपेयर टू क्रॉस ए. ओके. नेक्स्ट स्टूडेंट्स, वी हैव टू टाइप्स ऑफ लिंकेज. वन इज कंप्लीट लिंकेज एंड अदर इज इनकम्प्लीट लिंकेज. कंप्लीट लिंकेज में व्हेन एज द वर्ड इंडिकेट व्हेन द लिंकेज इज कंप्लीट, जीन्स आर लोकेटेड ऑन द क्रोमोसोम, दे आर वेरी क्लोज, दे डू नॉट सेपरेट, सो सिर्फ पेरेंटल कॉम्बिनेशन आएंगे, कोई नवी कॉम्बिनेशन नहीं आएगी, न्यू रिकॉम्बिनेशन नहीं आएंगे. ठीक है. एग्जाम्पल जिमें ड्रोसोफिला का इतने मैं एग्जाम्पल शो किया, हूँ थोड़ा ये समझ आ जाएगा. जिमें फॉर एग्जाम्पल रेड आई और नॉर्मल विंग्स
पर्पल आई और वेस्टिजियल विंग्स ना क्रॉस किया गया, एफ वन जनरेशन रेड और नॉर्मल आएगी, लेकिन जो टेस्ट क्रॉस सेगा टेस्ट क्रॉस के बीच वी आर एक्सपेक्टिंग कि 1:1:1:1 रेशियो आएगी, लेकिन टेस्ट क्रॉस के बीच रेशियो की आई सिर्फ 1:1। अपने को सिर्फ पेरेंटल करैक्टर आए केड़े केड़े, रेड आई नॉर्मल विंग्स एंड पर्पल आई वेस्टिजियल विंग्स। सो रेशियो साढ़े को 1:1:1:1 की बजाय 1:1 50-50 अपने को पेरेंटल और 50-50 अपने को नो रिकॉम्बिनेंट 50-50% दोनों तरह के पेरेंट्स आ गए, दैट इज डोमिनेंट एज वेल एज द रिसेसिव। सो ओनली पेरेंटल कॉम्बिनेशंस आने थे, राइट। सो इदा मतलब जी आर और डब्ल्यू है वह की ने टाइटली लिंक्ड। सेकेंड टाइप द लिंकेज जड़ा है जो कि एज द नेम इंडिकेट्स इट इज़ नॉट कंप्लीट, इट इज़ इनकम्प्लीट लिंकेज। वैन द लिंकेज इज इनकम्प्लीट इट मीन्स जीन्स प्रेजेंट ऑन द सेम क्रोमोजोम दे हैव टेंडेंसी टू सेपरेट, और सेपरेट हो सकती हैं। सर इस केस के बीच की आएगा जो सेपरेट हो रही हैं देर आर लैस रिकॉम्बिनेंट्स एंड देर आर मोर पेरेंट्स, बिकॉज उत्थे उन्होंने जी रिकॉम्बिनेंट्स लिंकेज कंप्लीट नहीं है, इनकम्प्लीट है। तो थोड़े जे रिकॉम्बिनेंट्स बनेंगे बट लैस रिकॉम्बिनेंट बनेंगे, लेकिन जेडे पेरेंट्स ने वो ज़्यादा होंगे, पेरेंटल फॉर्म ज़्यादा होंगे। एग्जाम्पल स्वीट पी दे विच आपां इसनूं स्टडी करांगे, इनकम्प्लीट लिंकेज है। स्वीट पी लिथाइडस ऑडोरेटस का एग्जाम्पल है। ब्लू फ्लावर लोंग पोलन्स नूं आपां रेड ते राउंड नाल क्रॉस कर रहे हैं, एफ वन जनरेशन सारी उस तरह ही आ गई ब्लू एंड लोंग। टेस्ट क्रॉस जो किया तो टेस्ट क्रॉस के बीच जी साडे कोल रेशो आ रही है वो आ रही है 7:1:1:7, राइट। सो स्टूडेंट्स पेरेंटल कॉम्बीनेशनस किन्ने आ रहे हैं, अगर साडे कोल 16 इत्थे आपां टोटल लीए तां 14 पेरेंटल आ रहे हैं और 2 जिहड़े हैगे ने वो रिकॉम्बीनेंट्स आ रहे हैं, ठीक है। इट मीनस लिंकेज कंप्लीट नहीं है, ये नहीं है कि 16 पेरेंटल आ रहे हैं। साढ़े को 43.7% ब्लू लोंग आ रहे हैं पेरेंट, इतने साढ़े को 43% जोड़े ने रेड राउंड आ रहे हैं पेरेंट, लेकिन 6.3% जो है वो ब्लू राउंड और रेड लोंग आ रहे हैं। सो परसेंटेज है 7:1:1:7। सो दिस इज एन एग्जाम्पल ऑफ इनकम्प्लीट लिंकेज। न्यू कॉम्बिनेशन आर ओनली 12.6% बट पेरेंटल्स आर 87.4%। Next, what is linkage group? Linkage group is number of linkage group is what is it corresponds to haploid number of chromosomes. ठीक है, एक ही होंगे ने किनू कोरेस्पोंड करते हैं, हैप्लॉयड नंबर ऑफ क्रोमोसोम नू कोरेस्पोंड करते हैं। बच्चे अगर आप होमोलॉगस आप जिमें आप बोलते हैं कि मैन के 46 क्रोमोसोम होंगे या उदे विच की होंगे ने 23 पेयर्स होंगे ने, बिकॉज जेडे दो होमोलॉगस क्रोमोसोम्स होंगे ने उन्हों को सिमिलर और एलिल्स होंगे ने, एक उस सेम लोकस से सिमिलर एलिल्स होंगे। तो जो आप लिंकेज ग्रुप की गल करनी है इट मीनस हैप्लॉयड नंबर ऑफ क्रोमोसोम्स, जो मैन के 23 पेयर्स हो गए, ठीक है, 23 की है एन नंबर हो गया। सो इस अपने को 2n किन्ने होंगे 46। सो हैप्लॉयड किन्ना हो गया एन, एन किन्ना हो गया 23। तो लिंकेज ग्रुप्स मैन के किन्ने हो गए 23, ठीक है। सिमिलरली जो ड्रोसोफिला होंगे, ड्रोसोफिला के 4 पेयर्स होंगे क्रोमोसोम्स के, टोटल 8 क्रोमोसोम्स ने 4 पेयर्स, तो वह हैप्लॉयड नंबर की हो गया 4, तो लिंकेज ग्रुप किन्ने हो गए 4। सो लिंकेज ग्रुप कोरेस्पोंड करते हैं हैप्लॉयड नंबर ऑफ क्रोमोसोम्स, ठीक है। बच्चे यू ट्राई टू फाइंड आउट लिंकेज ग्रुप्स इन, मैं थोड़ा इतने एक एक्टिविटी दे रही हूँ जिमें पाइसम सेटाइवम है, पी प्लांट है, उससे तुसी फाइंड आउट करो किन्ने लिंकेज ग्रुप होंगे ने, ठीक है। लिथाइरस ऑडोरोटस जिहड़ा है उदे तुसी फाइंड आउट करो किन्ने लिंकेज ग्रुप होंगे ने, ठीक है। यू फाइंड इट आउट एंड टेल मी ऑन माई व्हाट्सएप ग्रुप। देन लास्ट टॉपिक इज द सिग्निफिकेंस ऑफ लिंकेज, जिहड़ियां जीन्स इन्ने टाइटली लिंक ने उन्होंने की सिग्निफिकेंस है, इस दे नाल पेरेंटल करैक्टर नूं आपां प्रिजर्व कर सकते हैं। बाई चांस आपां पेरेंट्स वाला करैक्टर प्रिजर्व करना चाहते हैं वो साडे लई बेनीफिशियल है, तो लिंकेज सानूं इस विच हैल्प करनगे। न्यू रिकॉम्बीनेशन बनाने इत्थे आपां नहीं चाहते तो नहीं बनेंगे,
ਔਰ ਲਿੰਕੇਜ ਦੇ ਨਾਲ ਕਈ ਵਾਰੀ ਦੋ ਜੀਨਸ ਜਿਹੜੇ ਨੇ ਦੋ ਬਹੁਤ ਇੰਪੋਰਟੈਂਟ ਕਰੈਕਟਰਸ ਨੂੰ ਕੰਟਰੋਲ ਕਰ ਰਹੇ ਨੇ ਐਗਰੀਕਲਚਰ ਦੇ ਵਿੱਚ। ਪਲਾਂਟ ਬਰੀਡਰਸ ਲਈ ਇਹ ਬੈਨੀਫਿਸ਼ੀਅਲ ਹੁੰਦਾ ਕਿ ਦੋ ਕਰੈਕਟਰ ਆਪਾਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਕਰੈਕਟਰ ਅੱਗੇ ਪਲਾਂਟਸ ਦੇ ਵਿੱਚ ਆਉਣ ਤਾਂ ਉਹ ਜੀਨਸ ਲਿੰਕਡ ਰਹਿੰਦੇ ਨੇ ਜਿਸ ਦੇ ਨਾਲ ਕਿ ਸਾਨੂੰ ਸੇਮ ਕਰੈਕਟਰ ਅੱਗੇ ਮਿਲਦੇ ਰਹਿੰਦੇ ਆ। ਸੋ ਇਸ ਕਰਕੇ ਇਹ ਇੰਪੋਰਟੈਂਟ ਹੈ, ਸਿਗਨੀਫਿਕੈਂਸ ਹੈ। ਸੋ ਦੈਟਸ ਆਲ ਸਟੂਡੈਂਟਸ, ਆਈ ਹੋਪ ਤੁਹਾਨੂੰ ਅੱਜ ਦਾ ਇਹ ਲੈਕਚਰ ਲਿੰਕੇਜ ਬਹੁਤ ਅੱਛੀ ਤਰ੍ਹਾਂ ਸਮਝ ਆ ਗਿਆ ਹੋਏਗਾ। ਤੁਸੀਂ ਕ੍ਰੋਸਿਸ ਨੂੰ ਖੁਦ ਬਣਾ ਕੇ ਦੇਖੋ, ਮੈਂਡਲ ਦਾ ਡਾਈਹਾਈਬ੍ਰਿਡ ਕ੍ਰੋਸ ਨੂੰ ਪ੍ਰੈਕਟਿਸ ਕਰੋ ਔਰ ਉਸ ਤੋਂ ਬਾਅਦ ਰਿਵਾਈਜ਼ ਦਿਸ ਚੈਪਟਰ। ਆਈ ਥਿੰਕ ਇਟ ਵਿਲ ਬੀ ਵੈਰੀ ਕਲੀਅਰ ਟੂ ਯੂ। ਥੈਂਕ ਯੂ ਸੋ ਮੱਚ।